ਸੱਚੀ ਗੱਲ ਈ ਸਾਰਿਆਂ ਨੂੰ ਕੱਲ ਰਾਤ ਦੀਆਂ ਖਬਰਾਂ ਦੇ ਵਿੱਚ ਇੱਕ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਜਿਸ ਦੇ ਹਿਸਾਬ ਦੇ ਨਾਲ ਤੁਹਾਨੂੰ ਦੱਸਿਆ ਸੀ ਕਿ ਪੁਲਿਸ 2000 ਰੁਪਏ ਤੱਕ ਦਾ ਜੁਰਮਾਨਾ ਕਰ ਸਕਦੀ ਹੈ ਜੇਕਰ ਸਾਡੇ ਕੋਲ ਪੇਪਰ ਨਾ ਹੋਣ ਉਹਨਾਂ ਦੇ ਕੋਲ ਇੱਕ ਖਿਆਲ ਉਹ ਇਹ ਤਾਰਾ ਯੂਜ਼ ਕਰਨ ਕਿ ਅਸੀਂ ਉਹਨਾਂ ਨੂੰ ਸ਼ੋ ਨਹੀਂ ਕਰਨ ਜਾ ਰਹੇ ਟਿਕਟੌਕ ਤੇ ਅਸੀਂ ਹੋਰ ਵੀ ਵਿਸਤਾਰ ਦੇ ਨਾਲ ਡਿਟੇਲ ਨਾਲ ਸਮਝਾਇਆ ਇਹਦਾ ਪੰਜਾਬੀ ਟਿਕਟੌਕ ਤੁਸੀਂ ਜਾ ਕੇ ਦੇਖ ਸਕਦੇ ਹੋ ਉਸ ਖਬਰ ਦੇ ਵਿੱਚ ਸਾਨੂੰ ਇੱਕ ਸਵਾਲ ਪੁੱਛਿਆ ਕਿ ਹਰਪ੍ਰੀਤ ਸਿਸਟਰ ਨੇ ਕਿ ਜੇਕਰ ਬੰਦੇ ਕੋ ਇਟਾਲੀਅਨ ਨੈਸ਼ਨੈਲਿਟੀ ਹੈ ਉਸ ਨੂੰ ਪਾਸਪੋਰਟ ਰੱਖਣ ਦੀ ਲੋੜ ਹੈ ਕਿ ਸਿਰਫ ਕਾਰਤਾ ਦੀ ਜ਼ਿੰਮੇਵਾਰੀ ਨਾਲ ਹੀ ਕੰਮ ਸਰ ਸਕਦਾ ਦੇਖੋ ਜਿਹੜੇ ਆਪਣੇ ਵੀਰਾਂ ਕੋ ਇਟਾਲੀਅਨ ਨੈਸ਼ਨੈਲਿਟੀ ਇਟਲੀ ਦੀ ਹੈ ਉਹ ਸਿਰਫ ਆਪਣੇ ਕੋਲ ਕਾਰਤਾ ਦੀ ਜ਼ਿੰਮੇਵਾਰੀ ਰੱਖਣ ਉਹਨਾਂ ਦੇ ਲਈ ਕਾਫੀ ਆ ਪਰ ਜਿਸ ਤਰ੍ਹਾਂ ਜਿਹਨਾਂ ਵੀਰਾਂ ਦੇ ਕੋਲ ਇਟਾਲੀਅਨ ਨੈਸ਼ਨੈਲਿਟੀ ਨਹੀਂ ਹੈਗੀ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਆਪਣੀ ਸੂਜੋਰਨ ओरिजिनल ਰੱਖਣ ਦੀ ਲੋੜ ਆ ਅਤੇ ਦੂਸਰਾ ਸਵਾਲ ਸੀ ਜੇਕਰ ਅਸੀਂ ਲੋਕਲ ਜਾ ਰਹੇ ਹਾਂ ਪੈਦਲ ਜਾ ਰਹੇ ਹਾਂ ਜਾਂ ਸਾਈਕਲ ਤੇ ਜਾ ਰਹੇ ਹਾਂ ਕੀ ਸਾਨੂੰ ਫਿਰ ਵੀ ਸਾਡੇ ਕੋਲ ਪੇਪਰ ਹੋਣੇ ਜ਼ਰੂਰੀ ਆ ਹਾਂਜੀ ਜ਼ਰੂਰੀ ਆ ਕਿਉਂਕਿ 2015 ਦੀ ਗੱਲ ਆ ਜਿਸ ਟਾਈਮ ਇੱਕ ਸੈਨੇਗਲ ਦੀ ਕੁੜੀ ਵਾਲੇ ਸਾਂਦਰੀਆ ਦੇ ਵਿੱਚ ਆਪਣੇ ਬੁਆਏਫਰੈਂਡ ਦੇ ਨਾਲ ਗੱਡੀ ਦੇ ਵਿੱਚ ਬੈਠ ਕੇ ਚੱਲਦੀ ਸੀ ਤੇ ਪੁਲਿਸ ਨੇ ਰੋਕਿਆ ਉਹ ਕਹਿੰਦੀ ਵੀ ਮੇਰੇ ਡਾਕੂਮੈਂਟ ਜਿਹੜੇ ਉੱਤੇ ਆ ਉਸ ਦਾ ਘਰ ਘਰ ਦੇ ਥੱਲੇ ਸੀ ਤੇ ਪੁਲਿਸ ਵਾਲਿਆਂ ਨੇ ਕਿਹਾ ਕਿ ਮੈਂ ਉਹਨੂੰ ਉੱਤੇ ਜਾਣ ਨਹੀਂ ਦਿੱਤਾ ਤੇ ਉਹਨਾਂ ਨੂੰ ਕਿਹਾ ਕਿ ਜਦੋਂ ਤੁਸੀਂ ਉਤਰੇ ਤੁਹਾਡੇ ਕੋਲ ਤੁਹਾਡੇ ਡਾਕੂਮੈਂਟ ਹੋਣੇ ਚਾਹੀਦੇ ਆ ਇਸ ਕਰਕੇ ਅਸੀਂ ਸਾਈਕਲ ਤੇ ਜਾ ਰਹੇ ਆ ਪੈਦਲ ਜਾ ਰਹੇ ਆ ਸਾਡੇ ਕੋਲ オリジナル ਡਾਕੂਮੈਂਟ ਹੋਣੇ ਜ਼ਰੂਰੀ ਆ ਜ਼ਰੂਰੀ ਨਹੀਂ ਕਿ ਪੁਲਿਸ ਵਾਲੇ ਆ ਸਾਨੂੰ 2000 ਰੁਪਏ ਤੱਕ ਦਾ ਜੁਰਮਾਨਾ ਕਰਨਗੇ ਹੀ ਕਰਨਗੇ ਗੱਲ ਇਹ ਆ ਜੇਕਰ ਅਸੀਂ ਉਹਨਾਂ ਦੇ ਨਾਲ ਬਹਿਸ ਬਾਜ਼ੀ ਕਰੀਏ ਫੇਰ ਕਰ ਸਕਦੇ ਆ ਨਹੀਂ ਤਾਂ ਜੇਕਰ ਅਸੀਂ ਉਹਨਾਂ ਨੂੰ ਦਸੀਏ ਸਾਡੇ ਕਾਰਤਾਧਿਨਤੀ ਦਾ ਕੋਲ ਆ ਸਜੋਨ ਨੂੰ ਕਰਵ ਤੋ ਸਮਝ ਵੀ ਸਕਦੇ ਆ ਤੁਹਾਡੇ ਨਾਲ ਘਰ ਤੱਕ ਜਾ ਸਕਦੇ ਆ ਜਾਂ ਫਿਰ ਕੀ ਕਰ ਸਕਦੇ ਆ ਜਾਂ ਫਿਰ ਤੁਹਾਨੂੰ ਆਪਣਾ ਜਿਹੜਾ ਕਜ਼ਹਿਰਵੇਂ ਦੇ ਵਿੱਚ ਲਿਜਾ ਕੇ ਫਿੰਗਰ ਕਰ ਸਕਦੇ ਆ ਉਸਮਾਨ ਭਾਈ ਦਾ ਉਸਮਾਨ ਭਾਜੀ ਦਾ ਸਵਾਲ ਹੈ ਕਿ ਜੇਕਰ ਮੋਬਾਈਲ ਦੇ ਵਿੱਚ ਸਾਡੇ ਆਪਣੇ ਡਾਕੂਮੈਂਟ ਹੋਣ ਫਿਰ ਕੀ ਕੀਤਾ ਜਾਵੇ ਦੇਖੋ ਜੇਕਰ ਸਾਡੇ ਮੋਬਾਈਲ ਦੇ ਵਿੱਚ ਡਾਕੂਮੈਂਟ ਆ ਤਾਂ ਫਿਰ ਉਸ ਸਿਚੁਏਸ਼ਨ ਦੇ ਵਿੱਚ ਜਿਹੜਾ ਸਾਡਾ ਪੁਲਿਸ ਵਾਲੇ ਦਾ ਵਾਪਿਆ ਉਹ ਡਿਸਾਈਡ ਕਰ ਸਕਦਾ ਕਿ ਉਸ ਨੇ ਤੁਹਾਡੇ origignal ਦੇਖਣੇ ਕਿ ਤੁਹਾਡੇ ਮੋਬਾਈਲ ਵਾਲੇ ਦੇਖਣੇ ਮੋਬਾਈਲ ਦੇ ਵਿੱਚ ਹੋਣ ਦੇ ਨਾਲ ਸਿਰਫ ਆਪਾਂ ਪ੍ਰੂਫ ਕਰਦੇ ਆ ਕਿ ਆਪਾਂ ਇਲੀਗਲ ਨਹੀਂ ਹੈਗੇ ਆਪਾਂ ਕੋ ਪੇਪਰ ਹੈਗਾ ਪਰ ਉਹਨਾਂ ਨੇ ਤੁਹਾਨੂੰ ਟਾਈਮ ਦੇ ਸਕਦੇ ਇੱਕ ਪੇਪਰ ਦੇ ਸਕਦੇ ਜਿਹਦੇ ਵਿੱਚ ਲਿਖਿਆ ਹੋਵੇ 24 ਘੰਟਿਆਂ ਦੇ ਵਿੱਚ ਤੁਸੀਂ ਥਾਣੇ ਦੇ ਵਿੱਚ ਪੇਸ਼ ਹੋਣਾ ਆਪਣੇ オリジナル ਪੇਪਰ ਲੈ ਕੇ ਲਾ ਪਰਤੁਰਬਾਜ਼ੀਨ ਇਨ ਐਟੋ ਸੁੱਲ ਇਟਾਲੀਆ ਸਟਾ ਪ੍ਰੋਵੋਕਾਂਡੋ ਪੋਰਤੇ ਇਨਸਟਾਬਿਲਿਤਾ ਕੋਮੇ ਪ੍ਰੇਵਿਸਟੋ ਸੁੱਲ ਰੇਜਿਓਨੀ ਟਿਰਰੇਨਿਕੇ ਕੋਨਟੇਪੋਰਾਲੀ ਅਨਕੇ ਇਨਟੇਨਸੀ È stato un pomeriggio di paura quello vissuto oggi sulla costa Pontina, dove il bilancio dei danni è pesante. Sono caduti numerosi alberi, tutti scoperchiati e viabilità deviata. Nel Lazio, forti temporali hanno investito nelle ultime ore soprattutto l'area centro-meridionale della regione. Una supercella temporalesca si è sviluppata nella zona di Latina, originando un grosso tornado. Il vortice, ripreso in vari filmati amatoriali, ha colpito in particolare la zona fra Sabaudia, Pontinia, San Felice e Circeo. Disagi anche per la popolazione a causa di molti allagamenti nelle case e nei box, con decine di interventi da parte del Vigili del Fuoco. La tromba d'aria ha scoperchiato il tetto di un'azienda e distrutto alcune serre. Traffico bloccato sulla Migliara 56, dove le forze dell'ordine stanno intervenendo. Un violento nubifragio si è poi abbattuto a Forbia, in particolare in un quartiere dove è isondato un torrente, il Rio Fresco. Nei video girati da alcuni cittadini si vede il Rio, diventato fiume di fango, lambire le case. Con alcuni residenti della zona che gridano: aiutateci e ancora, aiuto. In altri video si vedono strade allagate dal fango e alcune auto parcheggiate tra la melma. Dalle prime testimonianze il tornado avrebbe causato ingenti danni nel territorio della pianura Pontina, soprattutto a Serbia, aziende agricole e fattorie. Numerosi anche gli alberi caduti tra Sabaudia e Terracina, chiusa al traffico la miliara 56. Non si segnalano al momento finale. ਤਪਰ ਹੁਣ ਜੋ ਅਸੀਂ ਦੇਖ ਰਹੇ ਆ ਮਾਲ ਦਾ ਨੁਕਸਾਨ ਹੋ ਰਿਹਾ ਫਿਰ ਜਾਨ ਦਾ ਫਿਲਹਾਲ ਕੋਈ ਸਾਡੇ ਤੱਕ ਕੱਲ ਨਹੀਂ ਪਹੁੰਚੀ ਜੇਕਰ ਅਸੀਂ ਗੱਲ ਨੋਟ ਕਰਦੇ ਹਾਂ ਕੁਝ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਇੱਕ ਲਗਾਤਾਰ ਗੱਲ ਕੀਤੀ ਜਾ ਰਹੀ ਸੀ ਕਿ ਟਿੱਲੀ ਦੇ ਵਿੱਚ ਤਿੰਨ ਚਾਰ ਮਹੀਨੇ ਮਹੀਨੇ ਪਏ ਨਹਿਰਾ ਸੁੱਕ ਰਹੀਆਂ ਸੀ ਜਿੱਥੇ ਇੱਕ ਪਾਸੇ ਨਹਿਰਾ ਸੁੱਕ ਰਹੀਆਂ ਸਗਲੀਆਂ ਛੱਡ ਕੇ ਅਸੀਂ ਆਦੀ ਨਾ ਇੱਕ ਕਿਸਮ ਦਾ ਅਸੀਂ ਇਹ ਵੀ ਕੁਦਰਤ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਵਾਹਿਗੁਰੂ ਦਾ ਜਿਹੜਾ ਸਾਨੂੰ ਸ਼ੁਕਰਿਆ ਕਰਨਾ ਚਾਹੀਦਾ ਉਹ ਇਸ ਕਰਕੇ ਕਿਉਂਕਿ ਜੇਕਰ ਨਹਿਰਾ ਪਹਿਲਾਂ ਨਾ ਸੁੱਕਦੀ ਜਿੰਨਾ ਪਾਣੀ ਹੋਣ ਇਹਨਾਂ ਦਿਨਾਂ ਦੇ ਵਿੱਚ ਪਹਿਰੇ ਆਮੀ ਪਹਿਰੇ ਤੇ ਜਮਾ ਹੋ ਰਿਹਾ ਸੀ ਉਸ ਨੇ ਅੱਧਾ ਇਟਲੀ ਬਹੁਤ ਨੁਕਸਾਨ ਹੋ ਗਿਆ ਜੀ ਰੋਡ ਦਾਣਾ ਸੀ ਹੜ ਦੇ ਨਾਲ ਅੱਧਾ ਇਟਲੀ ਹੜ ਜਾਣਾ ਸੀ ਸਾਰੀਆਂ ਟੁੱਟ ਗਈਆਂ ਜੀ ਤੇ ਉਸ ਤੋਂ ਬਾਅਦ ਕੁਝ ਹੋਰ ਅਪਡੇਟ ਨੇ ਆਪਣੇ ਵੀਰ ਸਾਨੂੰ ਪੁੱਛਦੇ ਨੇ ਨਵੀਂ ਇਮੀਗ੍ਰੇਸ਼ਨ ਬਾਰੇ ਕੋਈ ਇਮੀਗ੍ਰੇਸ਼ਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਨਵਾਂ ਅਪਡੇਟ ਨਹੀਂ ਆ ਰਿਹਾ ਇਹਨਾਂ ਨੇ ਜਿਹੜੇ ਆਪਣੇ ਪੇਪਰ ਚੇਂਜ ਕਰਵਾਉਣ ਦੀ ਜਿਹੜੀ ਡੇਟ ਆ ਉਹ ਤੁਹਾਨੂੰ ਹੋਰ ਅੱਗੇ ਬਤਾ ਦਿੱਤੀ ਆ ਜੋ ਕਿ ਹੋਣ ਤੁਸੀਂ ਬਹੁਤ ਨੁਕਸਾਨ ਆ ਜੀ 31 ਦਸੰਬਰ ਤੱਕ ਕਰ ਸਕਦੇ ਆ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਨਵੀਂ ਸਰਕਾਰ ਨੇ ਕੋਈ ਫਿਲਹਾਲ ਨਵਾਂ ਕਾਨੂੰਨ ਪਾਸ ਨਹੀਂ ਕੀਤਾ ਉਹਨਾਂ ਦੇ ਕੋਲ ਪਹਿਲਾਂ ਹੀ 4000 ਕਰੋੜ ਦਾ ਜਿਹੜਾ ਮਸਲਾ ਹੈ ਉਸ ਨੂੰ ਸਾਂਭਣਾ ਉਹਨਾਂ ਨੇ ਕਿ ਅਸੀਂ 4000 ਕਰੋੜ ਨੂੰ ਕਿਸੇ ਤਰ੍ਹਾਂ ਕਾਬੂ ਕਰੀ ਬਾਕੀ ਜਿੱਦਾਂ ਕਿ ਅਸੀਂ ਆਪਣੇ ਟਿਕਟੌਕ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਜੇਕਰ ਪੁਲਿਸ ਰੂਟੀਨ ਚੈੱਕ ਕਰ ਰਹੀ ਹੈ ਸਾਨੂੰ ਰੋਕ ਰਹੀ ਹੈ ਤਾਂ ਇਹ ਨਹੀਂ ਕਿ ਨਵੀਂ ਸਰਕਾਰ ਨੇ ਕੋਈ ਕਾਨੂੰਨ ਪਾਸ ਕੀਤਾ ਨਹੀਂ ਹੈ ਜਿਹੜੇ ਕਾਨੂੰਨ ਨੇ ਜੀ ਸੰ 47 ਸੀ ਕਹਿ ਸਕਦੇ ਹਾਂ ਕਿ ਬਹੁਤ ਪੁਰਾਣੇ ਕਾਨੂੰਨ ਨੇ ਜੋਗੇ ਬਣਾਏ ਗਏ ਨੇ ਪੁਲਿਸ ਨੂੰ ਹਮੇਸ਼ਾ ਤੋਂ ਇਹਨਾਂ ਕਾਨੂੰਨਾਂ ਦਾ ਪਤਾ ਹੈ ਕਿ ਉਹ ਸਿਰਫ ਨਜ਼ਰ ਅੰਦਾਜ਼ ਕਰਦੀ ਹੈ ਇਹ ਗੱਲ ਜ਼ਰੂਰ ਹੈ ਕਿ ਜੇਕਰ ਅਸੀਂ ਪੁਲਿਸ ਦੇ ਨਾਲ ਥੋੜਾ ਜਿਹਾ ਗਲਤ ਤਰੀਕੇ ਦੇ ਨਾਲ ਗੱਲਬਾਤ ਕਰਾਂਗੇ ਤਾਂ ਉਸ ਸਿਚੁਏਸ਼ਨ ਦੇ ਵਿੱਚ ਉਹ ਜਿਹੜੇ ਕਾਨੂੰਨ ਆ ਸਾਡੇ ਤੇ ਲਾਗੂ ਕਰ ਸਕਦੇ ਆ ਕਾਨੂੰਨ ਜਿਹੜਾ ਆਰਟੀਕਲ 6 ਕਮਾ 3 ਤੇ ਸਟੂਨੀ ਕੋਸਲੇਮੀਗਰਾਟਸਿਓਨੇ ਦੇ ਵਿੱਚ ਲਿਖਿਆ ਹੈ ਜੇਕਰ ਕੋਈ ਬੰਦਾ ਆਪਣੇ ਪੇਪਰ ਨਹੀਂ ਦਿਖਾਉਂਦਾ ਪੁਲਿਸ ਵਾਲਿਆਂ ਨੂੰ ਤਾਂ ਉਸ ਸਿਚੁਏਸ਼ਨ ਦੇ ਵਿੱਚ 2000 ਯਰੋ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਪੁਲਿਸ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਕੀ ਲਿਖਣਾ ਜੇਕਰ ਉਹ ਕਹਿ ਦੇਣ ਕਿ ਇਸ ਬੰਦੇ ਨੇ ਮੈਨੂੰ ਪੇਪਰ ਨਹੀਂ ਦਿਖਾਏ ਇਹ ਮੈਨੂੰ ਨਹੀਂ ਦਿਖਾਣਾ ਚਾਹੁੰਦਾ ਸੀ ਤੁਸੀਂ ਤੁਹਾਨੂੰ ਕੀ ਕਰਨਾ ਪੈਣਾ ਤੁਹਾਨੂੰ ਜਿਹੜਾ ਵਕੀਲ ਕਰਨਾ ਪੈਣਾ ਉਸ ਪੁਲਿਸ ਦਾ ਜਿਹੜਾ ਗੱਲ ਨੂੰ ਠੁਕਰਾਨ ਦੇ ਲਈ ਕਿ ਇਹ ਜਿਹੜਾ ਪੁਲਿਸ ਵਾਲਾ ਬੰਦਾ ਇਸ ਨੇ ਗਲਤ ਕੀਤਾ ਜਿਸ ਦੇ ਨਾਲ ਕੀ ਤੁਹਾਡਾ ਟਾਈਮ ਖਰਾਬ ਹੋਇਆ ਇਸ ਕਰਕੇ ਜਦੋਂ ਵੀ ਪੁਲਿਸ ਵਾਲੇ ਤੁਹਾਨੂੰ ਤੁਹਾਡੇ ਪੇਪਰ ਪੁੱਛਣ ਚਾਹੇ ਕਾਰਤਾਜ ਦਿਨਤੀ ਦਾ ਜੋ ਵੀ ਪਾਸਪੋਰਟ ਜੋ ਵੀ ਤੁਹਾਡਾ ਹੈ ਜਸੂਰ ਨੂੰ ਆਪਣੇ ਜਿਹੜੇ ਪੇਪਰ ਉਹਨਾਂ ਨੂੰ ਉਸੇ ਵੇਲੇ ਦਿਖਾਓ ਉਹਨਾਂ ਦੇ ਨਾਲ ਬਹਿਸ ਬਾਜ਼ੀ ਕਰਨ ਦੀ ਲੋੜ ਨਹੀਂ ਹੈਗੀ ਜੇਕਰ ਤੁਹਾਡੇ ਕੋ ਇਟਾਲੀਅਨ ਨੈਸ਼ਨੈਟੀ ਵੀ ਆ ਜਾਂਦੀ ਹੈ ਫਿਰ ਵੀ ਪੋਲਸ ਨੂੰ ਬੇਸਵਾਦੀ ਕਰਨ ਦੀ ਲੋੜ ਨਹੀਂ ਕਿਉਂਕਿ ਇਹਨਾਂ ਦੇ ਕੋਲ ਬਹੁਤ ਸਾਰੇ ਇਖਤਿਆਰ ਨੇ ਜਿਨ੍ਹਾਂ ਬਾਰੇ ਸਾਨੂੰ ਵੀ ਨਹੀਂ ਪਤਾ ਹੌਲੀ ਹੌਲੀ ਜਿਹੜਾ ਪਤਾ ਲੱਗਦਾ ਹੈ ਜੀ ਵੱਧਦੇ ਜੀ ਆਪਣੇ ਲਾਸਟਲੇ ਅਪਡੇਟ ਦੇ ਨਾਲ ਜੋ ਬਾਈਲਨ ਜੀ ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਟਰੋਲ ਹੋ ਰਹੇ ਨੇ ਟਰੋਲ ਹੋਣ ਦਾ ਕਾਰਨ ਇਹ ਆ ਜੀ ਉਹ ਕਹਿ ਰਹੇ ਨੇ ਕਿ ਤੂਫਾਨ ਆ ਰਿਹਾ ਹਨੇਰੀ ਆ ਰਹੀ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੁਦਰਤ ਆਫਤ ਆ ਰਹੀ ਆ ਜੇਕਰ ਤੁਸੀਂ ਉਸ ਆਫਤ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੇ ਵੈਕਸੀਨ ਲਾਓ ਵੈਕਸੀਨ ਲਵਾਉਂਗੇ ਤਾਂ ਤੁਸੀਂ ਹਰ ਇੱਕ ਆਫਤ ਤੋਂ ਆਫਤ ਤੋਂ ਬਚ ਸਕਦੇ ਆ ਇਹ ਜਿਹੜੀ ਵੀਡੀਓ ਤੁਸੀਂ ਦੇਖਣ ਜਾ ਰਹੇ ਹੋ ਇਹ ਵੀਡੀਓ ਹੈ ਜੀ ਆਪਣੇ ਜੋ ਵਾਇਦਨਜੀ ਜੋ ਕਿ ਇਹ ਬਿਆਨ ਦੇ ਰਹੇ ਨੇ ਆਫ ਕੋਸਟ ਔਰ ਇਨ ਟੂ ਟੈਕਸਸ ਆ ਵਾਈਟਲ ਪਾਰਟ ਆ ਪ੍ਰਪੇਅਰਿੰਗ ਫਾਰ ਹਰਿਕਨ ਸੀਜ਼ਨ ਇਜ਼ ਟੂ ਗੈਟ ਵੈਕਸੀਨੇਟਡ ਨਾਓ everything is more complicated if you're not vaccinated in a hurricane or a natural disaster hits